ਜੋ ਇੱਕ ਕਹਾਵਤ ਹੈ ਜੋ ਜ਼ੀਰੋ ਤੋਂ ਚੱਲਦਾ ਉਹੀ ਅੱਗੇ ਪਹੁੰਚਦਾ, ਠੀਕ ਹੈ ਨਾ। ਇਸੇ ਲਈ ਉਹ ਕਿਸਾਨਾਂ ਨੂੰ ਸਲੂਟ ਹੈ ਜੋ ਕੰਮ ਕਰਨਾ ਸ਼ੁਰੂ ਕਰਦੇ ਆ। ਜੇਕਰ ਕਿਸਾਨ ਵੀਰ ਵੱਡੀਆਂ 12-13 ਬੱਕਰੀਆਂ ਨਹੀਂ ਲੈ ਸਕਦੇ, 10 ਬੱਕਰੀਆਂ ਨਹੀਂ ਲੈ ਸਕਦੇ, ਤਾਂ ਉਹ ਛੋਟੀਆਂ ਪੱਠਾਂ ਤੋਂ ਵੀ ਕੰਮ ਸ਼ੁਰੂ ਕਰ ਸਕਦੇ ਆ। ਜਿਹੜੀ ਤਾਕਤ ਮਾਂ ਨੇ ਦੁੱਧ ਨੇ ਦੇਣੀ, ਉਹ ਕੋਈ ਵੀ ਫੀਡ ਅੱਜ ਤੱਕ ਸਮਾਜ 'ਚ ਨਹੀਂ ਬਣੀ, ਠੀਕ ਹੈ। ਇਸੇ ਲਈ ਜਿੰਨੀ ਦੇਰ ਤੱਕ ਬੱਚਾ ਜਿਹੜਾ ਹਰਾ ਚਾਰਾ 2-3 ਮਹੀਨਿਆਂ ਦਾ ਨਹੀਂ ਖਾਣ ਲੱਗਦਾ, ਉਨੀ ਦੇਰ ਤੱਕ ਤੁਸੀਂ ਉਹ ਬੱਚਾ ਨਾ ਪਰਚੇਜ ਕਰੋ, ਨਾ ਸੇਲ ਕਰੋ। ਪੱਠ 4000 ਵਾਲੀ ਵੀ ਮਿਲੂ, ਪੱਠ ਤੁਹਾਨੂੰ 3500 ਵਾਲੀ ਵੀ ਮਿਲੂ, ਪੱਠ ਤੁਹਾਨੂੰ 4500 ਵਾਲੀ ਵੀ ਮਿਲੂ, ਪਰ ਜਿਹੜੀ ਵਧੀਆ ਕੁਆਲਿਟੀ ਹੈ, ਜਿਹੜੇ ਕਿਸਾਨ ਜਾਗਰੂਕ ਹੋ ਗਏ, ਉਹ ਤੁਹਾਨੂੰ 6500-7000 ਤੋਂ ਘੱਟ ਪੱਠ ਨਹੀਂ ਦਿੰਦੇ, ਠੀਕ ਹੈ ਜੀ। ਕਈ ਫਾਰਮਰ ਫੇਲ ਕਿੱਥੇ ਹੁੰਦੇ ਆ, ਖੁਰਾਕ ਕਿੰਨੀ ਝਾਕਦੀ ਨਹੀਂ, ਪਹਿਲਾਂ ਪੱਠਾਂ ਲਿਆਓ, ਫਿਰ ਜਦੋਂ ਪੱਠਾਂ ਆ ਜਾਣਗੀਆਂ, ਬਾਈ ਜੀ ਨੀਰਾ ਹੈਗਾ, ਬਾਈ ਜੀ ਕਿੱਥੋਂ ਲਿਆਈਏ, ਕੀ ਕਰੀਏ, ਨਹੀਂ ਕਦੇ ਵੀ ਇਹ ਗੱਲ ਨਾ ਕਰੋ। ਪਰ ਮਾਰ ਕਿੱਥੇ ਖਾਂਦੇ ਆ, ਆਪਣੇ ਕਿਸਾਨੀ ਦੇ ਵਿੱਚ ਸਭ ਤੋਂ ਵੱਡਾ ਕੀ ਹੈ, ਸਬਰ ਦੀ ਘਾਟ। ਅੱਜ ਬੱਕਰੀ ਲਿਆਂਦੀ ਤੜਕੇ ਨੂੰ, ਉਹ ਪੈਸਾ ਦੇਵੇ ਨਹੀਂ ਹੁੰਦਾ, ਇਹ ਝੂਠ ਹੈ। ਹਾਂਜੀ ਦੋਸਤੋ, ਸਵਾਗਤ ਕਰਦਾ ਤੁਹਾਡਾ ਫਿਰ ਆਪਾਂ ਅੱਜ ਦੇ 3ਜੇ ਪਾਠ ਦੇ ਵਿੱਚ, ਠੀਕ ਹੈ ਜੀ। ਜੁੜੇ ਰਹੋ ਵੀਡੀਓ ਦੇ ਵਿੱਚ, ਕਿਉਂਕਿ ਵੀਡੀਓ ਬਹੁਤ ਜ਼ਿਆਦਾ ਨੌਲੇਜੇਬਲ ਅਤੇ ਬਹੁਤ ਜ਼ਿਆਦਾ ਤੁਹਾਡੇ ਲਈ ਫਾਇਦੇਮੰਦ ਜਿਹੜੀ ਹੋਣ ਵਾਲੀ ਹੈਗੀ। ਜਿਵੇਂ ਕਿ ਅਸੀਂ ਤੁਹਾਨੂੰ ਦੂਜੇ ਪਾਠ ਦੇ ਵਿੱਚ ਆਪਾਂ ਸੈੱਡ ਦੀ ਗੱਲਬਾਤ ਕੀਤੀ ਸੀ ਵੀ ਸੈੱਡ ਕਿਵੇਂ ਦਾ ਪਾਉਣਾ ਚਾਹੀਦਾ ਅਤੇ ਕਿੰਨਾ ਖਰਚਾ ਜਿਹੜਾ ਸੈੱਡ ਦੇ ਉੱਪਰ ਹੁੰਦਾ ਗਾ, ਅਤੇ ਅੱਜ ਆਪਾਂ 3ਜਾ ਪਾਠ ਲੈ ਕੇ ਪਹੁੰਚੇ ਹੋਏ ਹੈਗੇ ਵੀ ਤੁਸੀਂ 10 ਬਿਟਲ ਪੱਠਾਂ ਤੋਂ ਜੇ ਆਪਾਂ ਕੰਮ ਸਟਾਰਟ ਕਰ ਰਹੇ ਹਾਂਗੇ ਤਾਂ 1 ਸਾਲ ਦੇ ਵਿੱਚ ਆਪਾਂ ਕਿੰਨਾ ਫਾਇਦਾ ਜਿਹੜਾ ਉਹ ਲੈ ਸਕਦੇ ਹਾਂਗੇ 10 ਬਿਟਲ ਪੱਠਾਂ ਤੋਂ, ਠੀਕ ਹੈ ਜੀ। ਆਪਾਂ ਉਹਦੇ ਲਈ ਗੱਲਬਾਤ ਕਰਨ ਦੇ ਲਈ ਪਹੁੰਚੇ ਹੋਏ ਹੈਗੇ ਜਗਦੀਪ ਬਾਈ ਦੇ ਕੋਲ, ਰੰਧਾਵਾ ਗੋਟ ਫਾਰਮ ਲੌਂਗੋਵਾਲ ਦੇ ਵਿੱਚ। ਅਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਵਿੱਚ ਅਤੇ ਚੱਲਦੀ ਵੀਡੀਓ ਸ਼ੇਅਰ ਕਰ ਦਿਉ ਅਤੇ ਲਾਈਕ ਕਰ ਦਿਉ ਤਾਂ ਜੋ ਵੱਧ ਤੋਂ ਵੱਧ ਵੀਰ ਜਿਹੜੇ ਉਹ ਇਸ ਵੀਡੀਓ ਦੇ ਨਾਲ ਜੁੜ ਸਕਣ ਅਤੇ ਕਿਸੇ ਦਾ ਫਾਇਦਾ ਹੋ ਸਕੇ। ਤਾਂ ਆਪਾਂ ਗੱਲਬਾਤ ਕਰਦੇ ਹਾਂਗੇ ਜਗਦੀਪ ਬਾਈ ਦੇ ਨਾਲ ਬੀਟਲ ਪੱਠਾਂ ਦੇ ਬਾਰੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਕਿਸਾਨ ਵੀਰਾਂ ਨੂੰ, ਮਿੱਤਰ ਪਿਆਰਿਆਂ ਨੂੰ ਤਹਿ ਦਿਲੋਂ ਧੰਨਵਾਦ। ਇਲਤੀ ਲੈਣਾ ਧੂਰੀ ਚੈਨਲ ਦਾ ਵੀ ਧੰਨਵਾਦ। ਧੰਨਵਾਦ ਬਾਈ ਜੀ। ਹਾਂਜੀ ਬਾਈ ਜੀ, ਸਾਡੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਤਾਂ ਆਪਾਂ ਉਸ ਕਮੈਂਟ ਦੇ ਉੱਪਰ ਜਿਹੜੀ ਅੱਜ ਦੀ ਵੀਡੀਓ ਕਰ ਰਹੇ ਹਾਂਗੇ ਅਤੇ ਆਪਾਂ ਹੋਰ ਵੀਰਾਂ ਨੂੰ ਵੀ ਕਹਾਂਗੇ ਵੀ ਤੁਸੀਂ ਵੱਧ ਤੋਂ ਵੱਧ ਸੁਝਾਅ ਦਿਓ ਕਮੈਂਟਾਂ ਦੇ ਰਾਹੀਂ ਵੀ ਆਪਾਂ ਕਿਸ ਟੌਪਿਕ ਦੇ ਉੱਪਰ ਜਿਹੜੀ ਗੱਲ ਕਰੀਏ ਅਤੇ ਆਪਾਂ ਅੱਜ ਦਾ ਜਿਹੜਾ 3ਜਾ ਪਾਠ ਉਸੇ ਟੌਪਿਕ ਦੇ ਉੱਪਰ ਜਿਹੜਾ ਆਪਾਂ ਕਰਨ ਜਾ ਰਹੇ ਹਾਂਗੇ। ਵੀਰ ਦਾ ਕਮੈਂਟ ਆਇਆ ਸੀਗਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਜੋ ਕਮੈਂਟ ਵਾਲਾ ਵੀਰ ਆ ਉਹਦਾ ਵੀ ਤਹਿ ਦਿਲੋਂ ਧੰਨਵਾਦ। ਦੇਖੋ, ਇੰਟਰਸਟ ਦਿਖਾਓ ਕਿਸਾਨੀ ਲਈ, ਠੀਕ ਹੈ, ਤਾਂ ਕਿ ਦੇਖੋ ਉਹਦੇ ਕਮੈਂਟ ਨਾਲ ਬਹੁਤ ਸਾਰੇ ਕਿਸਾਨਾਂ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ। ਸਹੀ ਗੱਲ ਹੈ। ਇਸੇ ਲਈ ਕਮੈਂਟ ਕਰਦੇ ਰਹੋ। ਮੈਂ ਤਾਂ ਕਹਿੰਦਾ ਵੀ ਜਿਹੜੇ ਬੁਰਾ ਕਮੈਂਟ ਵੀ ਕਰਦੇ ਆ ਮੇਰੇ ਲਈ 1-2 ਵੀਰ, ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ। ਚਲੋ ਕਿਸੇ ਬਹਾਨੇ ਮੈਨੂੰ ਯਾਦ ਤਾਂ ਕਰਦੇ ਆ। ਸਹੀ ਗੱਲ ਹੈ, ਬਹੁਤ ਧੰਨਵਾਦ। ਠੀਕ ਹੈ ਜੀ। ਅਤੇ ਬਾਈ ਨੇ ਕਮੈਂਟ ਕਰਿਆ ਸੀ ਵੀ ਜੇ ਆਪਾਂ 10 ਬਿਟਲ ਪੱਠਾਂ ਤੋਂ ਸਟਾਰਟ ਕਰਦੇ ਹਾਂ ਕੰਮ, ਕਿੰਨੇ ਕੁ ਰੁਪਏ ਦੀ ਪੱਠ ਆਊਗੀ ਅਤੇ ਉਹ 1 ਸਾਲ ਬਾਅਦ ਕਿੰਨਾ ਆਪਾਂ ਉਹਦਾ ਮੁਨਾਫਾ ਲੈ ਸਕਦੇ ਹਾਂਗੇ, ਠੀਕ ਹੈ ਜੀ। ਇਹ ਸਾਨੂੰ ਸਟੈਪ ਬਾਏ ਸਟੈਪ ਦੱਸੋ ਜੀ। ਦੇਖੋ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਾਰਟ 2 ਵੀਡੀਓ ਦੇ ਵਿੱਚ ਇਹ ਦੱਸ ਕੇ ਹਟਿਆ ਵੀ ਇਹ 12-13 ਬੱਕਰੀਆਂ ਦਾ ਜਿਹੜਾ ਵੱਡਾ ਫਾਰਮ ਹੈ 20x20 ਦਾ, ਠੀਕ ਹੈ ਜੀ। ਠੀਕ ਹੈ ਜੀ। ਉਹਦੇ ਵਿੱਚ ਜੇ ਆਪਾਂ ਛੋਟੀਆਂ ਪੱਠਾਂ ਤੋਂ ਕੰਮ ਚਲਾਉਣਾ ਹੋਵੇ ਤਾਂ ਬਹੁਤ ਵਧੀਆ ਸਵਾਲ ਹੈ ਤੁਹਾਡਾ, ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਹੈ। ਦੇਖੋ ਬਿਲਕੁਲ ਥੋੜ੍ਹੇ ਪੈਸੇ ਹੁੰਦੇ ਆ, ਕਿਸ ਕੋਲ 50,000 ਦਾ ਬਜਟ ਹੁੰਦਾ, 1,00,000 ਦਾ ਹੁੰਦਾ, 1.5 ਲੱਖ ਦਾ ਹੁੰਦਾ, ਕੋਈ ਜ਼ਰੂਰੀ ਨਹੀਂ ਵੀ ਸਾਰੀ 5-5 ਲੱਖ ਚੱਕੀ ਫਿਰਦੇ ਆ। ਸਹੀ ਗੱਲ ਹੈ। ਠੀਕ ਹੈ, ਉਸ ਕਿਸਾਨਾਂ ਲਈ ਜੋ ਇੱਕ ਕਹਾਵਤ ਹੈ ਵੀ ਜੋ 0 ਤੋਂ ਚੱਲਦਾ ਉਹੀ ਅੱਗੇ ਪਹੁੰਚਦਾ, ਠੀਕ ਹੈ ਨਾ। ਇਸੇ ਲਈ ਉਹ ਕਿਸਾਨਾਂ ਨੂੰ ਸਲੂਟ ਹੈ ਜੋ ਕੰਮ ਕਰਨਾ ਸ਼ੁਰੂ ਕਰਦੇ ਆ। ਅਤੇ ਜਿਵੇਂ ਪਾਰਟ 2 ਦੇ ਵਿੱਚ ਗੱਲ ਕਰੀ ਸੀ ਵੀ 12-13 ਬੱਕਰੀਆਂ ਦੇ 20x20 ਦਾ ਜਿਹੜਾ ਸ਼ੈੱਡ ਹੈ ਉਹ ਹੋਣਾ ਚਾਹੀਦਾ। ਜੇਕਰ ਕਿਸਾਨ ਵੀਰ ਵੱਡੀਆਂ 12-13 ਬੱਕਰੀਆਂ ਨਹੀਂ ਲੈ ਸਕਦੇ, 10 ਬੱਕਰੀਆਂ ਨਹੀਂ ਲੈ ਸਕਦੇ, ਤਾਂ ਉਹ ਛੋਟੀਆਂ ਪੱਠਾਂ ਤੋਂ ਵੀ ਕੰਮ ਸ਼ੁਰੂ ਕਰ ਸਕਦੇ ਆ। ਠੀਕ ਹੈ ਜੀ। ਮੈਂ ਹਮੇਸ਼ਾ ਇਹੀ ਗੱਲ ਕਹਿਣਾ ਹੁੰਦਾ ਵੀ ਦੇਖੋ ਕੰਮ ਕੋਈ ਮਾੜਾ ਨਹੀਂ, ਨਾ ਤਾਂ ਬੱਕਰੀ ਪਾਲਣ ਦਾ ਕਟਿੰਗ ਵਾਲਾ ਮਾੜਾ ਹੈ, ਨਾ ਕੁਰਬਾਨੀ ਵਾਲਾ ਮਾੜਾ ਹੈ, ਨਾ ਬਰੀਡ ਵਾਲਾ ਮਾੜਾ। ਪਰ ਜੇ ਉਹਨੇ ਟੌਪ ਕੁਆਲਿਟੀ ਦੇ ਕੰਮ ਕਰਨਾ, ਬਰੀਡ 'ਤੇ ਕੰਮ ਕਰਨਾ, ਬੀਟਲ 'ਤੇ, ਤਾਂ ਉਹ ਟੌਪ ਕੁਆਲਿਟੀ ਹੀ ਪੱਠਾਂ ਜਿਹੜੀਆਂ ਉਹ ਖਰੀਦ ਕੇ, ਜਿਹੜਾ 20x20 ਦਾ ਸ਼ੈੱਡ ਤੁਹਾਨੂੰ ਦੱਸਿਆ ਮੈਂ, ਉਹਦੇ ਵਿੱਚ 20 ਪੱਠਾਂ ਪਾਲ ਸਕਦੀਆਂ, 20 ਪੱਠਾਂ ਪਾਲ ਸਕਦੀਆਂ, 1 ਬਰੀਡਰ ਪਾਲ ਸਕਦਾ। ਪਰ ਜਦੋਂ ਵੱਡੀਆਂ ਹੋਣਗੀਆਂ ਉੱਥੇ ਫਿਰ ਪ੍ਰੋਬਲਮ ਆਊਗੀ, ਉਹ 12-13 ਵੱਡੀਆਂ ਇਹਦੇ ਵਿੱਚ ਪੜਨਗੀਆਂ, ਜਾਂ ਤਾਂ ਉਹਨੂੰ ਏਰੀਆ ਵਧਾਉਣਾ ਪਊ ਜਾਂ ਉਹਨੂੰ ਸੇਲ ਕਰਨੀ ਆ। ਹਾਂਜੀ ਹਾਂ। ਇਸ ਲਈ ਜੇ ਕਿਸੇ ਵੀਰ ਨੇ 10 ਪੱਠਾਂ ਤੋਂ ਸ਼ੁਰੂ ਕਰਨਾ ਤਾਂ ਉਹਦੇ ਲਈ ਤੁਸੀਂ ਜਿਹੜੀਆਂ ਪੱਠਾਂ ਦੀ ਕੁਆਲਿਟੀ ਹੈ ਉਹ ਅੱਛੀ ਕੁਆਲਿਟੀ ਖਰੀਦ ਸਕਦੇ ਹੋ, ਅਤੇ 9 ਪੱਠਾਂ 1 ਬਰੀਡਰ ਲੈ ਲਓ ਜਾਂ 10 ਪੱਠਾਂ 1 ਬਰੀਡਰ ਲੈ ਲਓ। ਜਿਹੜੀ ਆਪਣੀ ਪੱਠ ਹੈਗੀ ਉਹ ਕਿੰਨੇ ਕੁ ਰੁਪਏ ਦੀ ਆਊਗੀ, ਕਿੰਨੇ ਕੁ ਮਹੀਨੇ ਦੀ ਹੋਊਗੀ ਉਹ? ਦੇਖੋ ਜੀ, ਕਦੇ ਵੀ
मैं बहुत सारे किसान भीर देखे मंडिया मेलिया से वो बिल्कुल ही ना दुध चुंघता बच्चा लै लेंगे ने। ठीक है जी। तो देखो नहीं पाल पा सकते जिन माँ का दुध है यानी कि भी जिन जिहड़ी ताकत माँ के दुध ने देनी कोई भी फीड अज तक समाज नहीं बनी। ठीक है जी। ठीक है। इसलिए जिन्नी देर तक बच्चा जिहड़ा हरा चारा ढाई तीन महीनों का नहीं खाण लगता उन्नी देर तक तुसी वो बच्चा ना परचेज करो ना सेल करो। उन्हें खरीदना तो तीन महीने तक के बच्चे खरीदो। तीन महीने का बच्चा खरीदना चाहिए। हाँ, तीन तो चार महीने का बच्चा जिहड़ा उन्हें खरीदो ताकि वह पूरा वधिया जिहड़ा खाद खुराक खाता हो। ठीक है जी। तो वो कीमत कितनी होनी चाहिए जायज़ जी कीमत नवे बंदे वास्ते? नवे बंदे वास्ते देखो जी गल नवे पुराने की नहीं हैगी इत्थे गल ये हैगी भी 6,507 रुपये की पट्ठ थोनू जिहड़ी मार्केट दे विच्चों मिलूगी। अज दा मेरा रेट है अज दा रेट जे वधिया पट्ठ लैणी है तुसीं 7,000 रुपये की एवरेज पट्ठ थोनू 6,500 भी हो सकदे 7 भी हो सकदे। देखो ये मार्केट दे रेट ने जिहनूं गरज हुंदी उह थोड़ी सस्ती भी दे दिंदा जिहनूं लोड़ हुंदी उह महंगी भी लै लैंदा पर एवरेज है। ये कारण की हैगा ਇਹ ਨਾ ਮੇਰਾ ਵੀਰ ਕਿਹੋ ਵੀ 10,000 ਦੀ ਵੀ ਮਿਲਦੀ ਹੈ ਪੱਠ ਤਾਂ ਹੁੰਦੀਆਂ 8 ਵਾਲੀ ਵੀ ਹੋਊਗੀ 9 ਵਾਲੀ ਵੀ ਹੋਊਗੀ 10 ਵਾਲੀ ਵੀ ਹੋਊਗੀ 20 ਵਾਲੀ ਵੀ 20 ਵਾਲੀ ਵੀ ਹੋਊਗੀ ਪਰ ਐਵਰੇਜ ਜਿਹੜਾ ਮਾਰਕੀਟ ਦੇ ਵਿੱਚ ਮੀਡੀਅਮ ਪੱਠਾਂ ਜਿਹੜੀਆਂ ਵਧੀਆ ਮਤਲਬ ਵੀ ਸੇਲ ਹੋ ਰਹੀਆਂ ਨੇ ਉਹ 6,500 ਤੋਂ 7,000 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਹੀਆਂ ਨੇ। ਅੱਜ ਦੀ ਕੀਮਤ ਹੈ ਅੱਜ ਦੀ ਕੀਮਤ ਪੱਠ 4,000 ਵਾਲੀ ਵੀ ਮਿਲੂ ਪੱਠ ਤੁਹਾਨੂੰ 3,500 ਵਾਲੀ ਵੀ ਮਿਲੂ ਪੱਠ ਤੁਹਾਨੂੰ 4,500 ਵਾਲੀ ਵੀ ਮਿਲੂ ਪਰ ਜਿਹੜੀ ਵਧੀਆ ਕੁਆਲਿਟੀ ਹੈ ਜਿਹੜੇ ਕਿਸਾਨ ਜਾਗਰੂਕ ਹੋ ਗਏ ਉਹ ਤੁਹਾਨੂੰ 6,500-7,000 ਤੋਂ ਘੱਟ ਪੱਠ ਨਹੀਂ ਦਿੰਦੇ। ਠੀਕ ਹੈ ਜੀ। ਜਿਵੇਂ ਤੁਸੀਂ ਕਿਹਾ ਗਾ ਵੀ ਆਪਾਂ 6,000-6,500-7,000 ਰੁਪਏ ਦੀ ਪੱਠ ਖਰੀਦੀਏ। ਠੀਕ ਹੈ ਜੀ। ਜਿਹੜਾ ਆਪਣਾ ਬਿਨਾਂ ਨਵਾਂ ਬੰਦਾ ਹੋਊਗਾ ਜਿਵੇਂ ਉਹਨੇ ਬਿਨਾਂ ਪਹਿਲਾਂ ਪਾਇਆ ਸੈੱਡ ਬਾਅਦ ਦੇ ਵਿੱਚ ਲੈ ਲਈਆਂ ਪੱਠਾਂ ਕਿੰਨਾ ਖਰਚਾ ਹੋ ਗਿਆ ਬਿਨਾਂ ਜਮ੍ਹਾਂ ਸਟਾਰਟਿੰਗ 'ਚ? ਇਹ ਦੇਖੋ ਜੀ ਪਤਾ ਕੀ ਹੁੰਦਾ ਗਾ ਜਿਵੇਂ ਮੰਨ ਕੇ ਚਲੋ ਵੀ ਜਿਹੜਾ ਖਰਚਾ ਹੈਗਾ ਜਿਵੇਂ 6,500-7,000 ਰੁਪਏ ਦੀ ਪੱਠ ਹੋ ਗਈ। ਹਾਂਜੀ ਠੀਕ ਹੈ। ਉਹਦੇ ਵਿੱਚ ਲਗਭਗ ਯਾਨੀ ਕਿ ਜੇ 7,000 ਦੀ ਪੱਠ ਵੀ ਐਵਰੇਜ ਲਾਈਏ ਤਾਂ 70,000 ਦੀਆਂ ਪੱਠਾਂ ਹੋ ਗਈਆਂ। ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸ ਕੇ ਹਟਿਆ ਵੀ ਉਹਦੇ ਵਿੱਚ 50,000 ਰੁਪਿਆ ਐਵਰੇਜ ਆਪਾਂ ਇੰਨੇ ਕੁ ਪੋਰਸ਼ਨ 'ਤੇ ਲਾਤਾ। ਠੀਕ ਹੈ ਜੀ। ਠੀਕ ਹੈ ਜੀ। 10 ਪੱਠਾਂ ਪਾਲਣ ਵਾਸਤੇ ਲਾ ਚਾਹੇ 15 ਪਾਲ ਲਓ ਮੌਕੇ ਦੀ ਤੁਹਾਡਾ ਬਜਟ ਡਿਪੈਂਡ ਕਰਦਾ। 1,20,000 ਰੁਪਇਆ ਹੋ ਗਿਆ। ਹਾਂ ਟੋਟਲ ਯਾਨੀ ਕਿ 1,20,000 ਰੁਪਇਆ ਹੋ ਗਿਆ ਅਤੇ ਬਾਕੀ ਉਹਦੀ ਹਰੇ ਚਾਰੇ ਵਾਸਤੇ ਹਰੇ ਚਾਰੇ ਦੀ ਗੱਲ ਮੈਂ ਹਮੇਸ਼ਾ ਕਰਦਾ ਵੀ ਬੱਕਰੀ ਦੀ ਜਿਹੜੀ ਡੇਲੀ ਦੀ ਖੁਰਾਕ ਹੈ ਉਹਨੂੰ ਤੁਸੀਂ ਵੱਡੀ ਬੱਕਰੀ ਨੂੰ 20-22 ਰੁਪਏ ਦੇ ਵੀ ਲਿਆ ਸਕਦੇ ਹੋ। ਠੀਕ ਹੈ ਜੀ। 15 ਤੇ ਵੀ ਲਿਆ ਸਕਦੇ ਹੋ 30 ਤੇ ਵੀ 50 ਤੇ ਵੀ ਉਹ ਤੁਹਾਡੇ ਤੇ ਡਿਪੈਂਡ ਹੈਗਾ ਵੀ ਜਿਹੜੀ ਛੋਟੀ ਪੱਠ ਹੈ ਉਹਦੇ ਲਈ ਪਰ ਡੇ ਘੱਟੋ ਘੱਟ 10 ਰੁਪਏ ਤੋਂ 12 ਰੁਪਏ ਖਰਚਾ ਜਿਹੜਾ ਹੋਊਗਾ ਪਰ ਡੇ। ਠੀਕ ਹੈ ਜੀ। ਕਿਉਂਕਿ ਛੋਟੇ ਬੱਚੇ ਜਿਉਂ ਵਧੀ ਜਾਣਗੇ ਤਾਂ ਵੱਧ ਖਰਚਾ ਜਾਈ ਜਾਊਗਾ। ਖਰਚਾ ਵਧੀ ਜਾਊਗਾ। ਠੀਕ ਹੈ ਜੀ। ਇਸ ਲਈ ਯਾਨੀ ਕਿ ਵੀ ਜਿਹੜੀਆਂ ਉਹਦੇ ਲਈ 10-20,000 ਰੁਪਇਆ ਆਪਣੇ ਕੋਲ ਉਹਦੀ ਖਾਦ ਖੁਰਾਕ ਲਈ ਵੀ ਹੋਣਾ ਚਾਹੀਦਾ ਬਿਨਾਂ ਇੱਕ ਸਾਲ ਦਾ। ਇੱਕ ਸਾਲ ਦਾ ਕਿੰਨੇ ਰੁਪਏ ਕਿਹਾ ਤੁਸੀਂ ਨੇ? ਮੈਂ ਮਤਲਬ ਵੀ 1,50,000-1,50,000 ਰੁਪਇਆ ਟੋਟਲ ਮੰਨ ਕੇ ਚੱਲੋ ਵੀ 70-80,000 ਰੁਪਏ ਦੀਆਂ ਤੁਹਾਡੀਆਂ ਪੱਠਾਂ ਆ ਗਈਆਂ 50,000 ਰੁਪਏ ਦਾ ਸ਼ੈੱਡ ਪੈ ਗਿਆ 10-20,000 ਰੁਪਇਆ ਯਾਨੀ ਕਿ ਤੁਹਾਡਾ ਜਿਹੜਾ ਉਹਦਾ ਖਾਦ ਖੁਰਾਕ ਦੇ ਖਰਚੇ ਆ ਗਏ 1,50,000 ਰੁਪਏ ਦਾ ਸੈੱਟ ਹੋ ਗਿਆ। ਇਹ ਦਵਾਈ ਬੂਟੀ ਵੀ ਵਿੱਚ ਸਾਰਾ ਟੋਟਲੀ ਹੋ ਗਿਆ ਜੀ। ਇਹਦੇ ਵਿੱਚੋਂ ਯਾਨੀ ਕਿ ਜੇ ਤੁਸੀਂ ਖਰੀਦਦਾਰੀ ਮਿਹਨਤ ਨਾਲ ਕਰ ਲਈ ਜਾਂ ਕਿਵੇਂ ਵੀ ਕਰ ਲਈ ਵੱਧ ਘੱਟ ਕਰਕੇ 10-15,000 ਰੁਪਇਆ ਬਚਾ ਵੀ ਸਕਦੇ ਹੋ ਅਤੇ ਸਾਰਾ ਲਾ ਵੀ ਸਕਦੇ ਹੋ। ਗੇੜੇ ਖਾਓਗੇ ਘੁੰਮੋਗੇ ਤੁਹਾਨੂੰ ਪਤਾ ਲੱਗ ਜਾਣਾ ਪਰ ਐਵਰੇਜ ਦੀ ਗੱਲ ਕਰ ਰਹੇ ਹਾਂ। ਠੀਕ ਹੈ ਜੀ। 1,50,000 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਫਾਰਮ ਹੈ ਪੂਰੇ ਸਾਲ ਵਾਸਤੇ ਚੱਲਣਾ ਸ਼ੁਰੂ ਹੋ ਚੁੱਕਿਆ। ਠੀਕ ਹੈ ਜੀ। ਕਈ ਫਾਰਮਰ ਫੇਲ ਕਿੱਥੇ ਹੁੰਦੇ ਆ ਖੁਰਾਕ ਕਿੰਨੀ ਝਾਕਦੀ ਨਹੀਂ ਪਹਿਲਾਂ ਪੱਠਾਂ ਲਿਆਓ ਫਿਰ ਜਦੋਂ ਪੱਠਾਂ ਆ ਜਾਣਗੀਆਂ ਬਾਈ ਜੀ ਨੀਰਾ ਹੈਗਾ ਬਾਈ ਜੀ ਕਿੱਥੋਂ ਲਿਆਈਏ ਕੀ ਕਰੀਏ ਨਹੀਂ ਕਦੇ ਵੀ ਇਹ ਗੱਲ ਨਾ ਕਰੋ ਸਟੋਕ ਪਹਿਲਾਂ ਸ਼ੈੱਡ ਸਭ ਤੋਂ ਪਹਿਲਾਂ ਫਿਰ ਉਹਦੀ ਖੁਰਾਕ ਸਟੈਪ ਤੁਹਾਡੀ ਸਟੋਕ ਹੋਵੇ ਤੀਜਾ ਸਟੈਪ ਤੁਸੀਂ ਬੱਕਰੀ ਖਰੀਦਣ ਦਾ ਕਰੋ। ਸਹੀ ਗੱਲ ਹੈ। ਹਾਂਜੀ ਹਾਂ ਇਹ ਹੋਣਾ ਚਾਹੀਦਾ। ਬਾਕੀ ਦੇਖੋ ਇਹ ਟੋਟਲ 1,50,000 ਰੁਪਏ ਦੇ ਵਿੱਚ ਤੁਸੀਂ ਜਿਹੜੀ ਇਹ ਸੈੱਟ ਹੈ ਇਹਨੂੰ ਪਾਲਣਾ ਸ਼ੁਰੂ ਕਰ ਸਕਦੇ ਹੋ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਵਧੀਆ ਰਿਲੈਕਸ ਤਰੀਕੇ ਨਾਲ। ਠੀਕ ਹੈ ਜੀ। ਹਾਂਜੀ ਲਓ ਜੀ ਇਹ ਸੀਗਾ ਵੀ ਜਦੋਂ ਆਪਾਂ ਨਵਾਂ ਕੰਮ ਸਟਾਰਟ ਕਰ ਰਹੇ ਹਾਂਗੇ ਵੀ ਕਿੰਨਾ ਕੁ ਖਰਚਾ ਆਊਗਾ ਵੀਰਾਂ ਨੇ ਪੁੱਛਿਆ ਸੀਗਾ ਯਾਨੀ ਕਿ ਆਪਾਂ 1,50,000 ਰੁਪਏ ਤੋਂ ਸੈੱਡ ਵੀ ਆ ਗਿਆ ਵਿੱਚ ਖਾਣਾ ਦਾਣਾ ਵੀ ਆ ਗਿਆ ਵਿੱਚ ਪੱਠਾ ਵੀ ਆ ਗਿਆ ਯਾਨੀ ਕਿ 1,50,000 ਰੁਪਏ ਤੋਂ ਆਪਾਂ ਜਿਹੜਾ ਕੰਮ ਆ ਉਹ ਸ਼ੁਰੂ ਕਰ ਸਕਦੇ ਹਾਂਗੇ। ਬਾਕੀ ਆਪਾਂ ਪੁੱਛਦੇ ਹਾਂ ਵੀ ਆਪਾਂ ਉਹਦੇ ਵਿੱਚੋਂ ਕਮਾਈ ਕਿਵੇਂ ਕਰੀਏ ਜਿਹੜੀਆਂ ਆਪਾਂ 10 ਜਾਂ 11 ਜਿਹੜੀਆਂ ਪੱਠਾਂ ਪਾਈਆਂ ਨੇ ਆਪਾਂ ਉਦੋਂ ਕਮਾਈ ਕਿਵੇਂ ਕਰਾਂਗੇ ਆਪਾਂ ਉਦੋਂ ਸਿਮਾਈ ਕਮਾਈ ਕਰਾਂਗੇ ਜਾਂ ਫਿਰ ਆਪਾਂ ਉਦੋਂ ਸਾਲਾਨਾ ਕਮਾਈ ਕਰਾਂਗੇ ਸਾਰਾ ਕੁਝ ਪੁੱਛਦੇ ਆਪਾਂ ਜਗਦੀਪ ਬਾਈ ਤੋਂ। ਹਾਂਜੀ ਬਾਈ ਜੀ ਦੱਸੋ ਜੀ।
ਬਾਈ ਜੀ ਗੱਲ ਇਹ ਹੈ ਕਿ ਵੀ ਦੇਖੋ ਆਪਾਂ ਸਾਰਾ ਸੈਟਅਪ 1.5 ਲੱਖ ਦੇ ਵਿੱਚ ਲੈ ਲਿਆ, ਠੀਕ ਹੈ। ਉਦੋਂ ਬਾਅਦ ਕੀ ਹੈ, ਇਹਦੇ ਸਟੈਪ ਹੁੰਦੇ ਆ ਵੇਚਣ ਦੇ, ਠੀਕ ਹੈ ਜੀ। ਦੇਖੋ ਕਈ ਫਾਰਮਰ ਕੀ ਹੁੰਦੇ ਆ, ਮੰਨ ਲਓ ਵੀ ਉਹ 10 ਪੱਠਾਂ ਲਿਆਂਦੀ ਆ, ਉਹਨੂੰ ਕਈ ਵਾਰ ਤਾਂ ਅੱਕ ਜਾਂਦੇ ਨੇ ਜਾਂ ਕੁਛ ਵੀ ਹੋ ਜਾਂਦਾ, ਦੇਖੋ ਪ੍ਰੋਬਲਮਾਂ ਦਾ ਨਹੀਂ ਪਤਾ ਵੀ ਕੀ ਆਉਣੀ ਆ ਬੰਦੇ ਨੂੰ। ਮੰਨ ਲਓ ਕਈ ਵਾਰ ਉਹਨੂੰ 2 ਮਹੀਨੇ ਬਾਅਦ ਸੇਲ ਕਰਨੀਆਂ ਸ਼ੁਰੂ ਕਰਦੇ ਆ, ਠੀਕ ਹੈ, ਤਾਂ ਉਹਦੀ ਯਾਨੀ ਕਿ ਕੀ ਹੁੰਦਾ ਹੈਗਾ, ਉਹਦਾ ਉਹੀ ਮੁੱਲ ਮਿਲਣਾ ਤੁਹਾਨੂੰ, ਠੀਕ ਹੈ ਜੀ। ਜਿੰਨੇ ਦੀਆਂ ਤੁਸੀਂ ਲੈਤੀਆਂ ਸੀ ਉਹੀ ਮੁੱਲ ਮਿਲੂਗਾ। ਇਹਦੇ ਵੇਚਣ ਦੇ ਕੁਛ ਰੂਲ ਹੁੰਦੇ, ਮੈਂ ਹਰ ਇੱਕ ਵੀਡੀਓ 'ਚ ਕਹਿਣਾ ਹੁੰਦਾ ਵੀ ਇਹਨੂੰ ਯਾਨੀ ਕਿ ਜੇ ਤੁਸੀਂ ਮੰਨ ਕੇ ਚੱਲੋ ਵੀ 6,000 ਰੁਪਏ ਦੀ 7 ਦੀ ਲੈ ਲਈ ਤੁਸੀਂ ਪੱਠ, ਤਾਂ ਇਹਨੂੰ ਜੇ 14 ਦੀ ਵੇਚਣਾ ਤਾਂ 6 ਮਹੀਨੇ ਵੇਟ ਕਰੋ, 6 ਮਹੀਨੇ, ਹਾਂ, ਠੀਕ ਹੈ। 13 ਤੋਂ 14 ਦੇ ਵਿੱਚ ਇਹ ਤੁਹਾਡੀ ਯਾਨੀ ਕਿ ਡਬਲ ਹੋ ਜਾਣੀ ਹੈ, ਠੀਕ ਹੈ ਜੀ। ਫਿਰ ਇਹਨੂੰ ਤੁਸੀਂ ਯਾਨੀ ਕਿ ਲੋਡਡ ਕਰਾ ਕੇ ਤੁਸੀਂ ਯਾਨੀ ਕਿ 12 ਮਹੀਨੇ 13 ਮਹੀਨਿਆਂ ਦੇ ਵਿੱਚ ਤੁਸੀਂ ਇਹਨੂੰ ਲੋਡਡ ਕਰਾ ਦੋਗੇ, ਗੱਬਣ ਕਰਾ ਦੋਗੇ, ਠੀਕ ਹੈ ਜੀ। ਤਾਂ ਫਿਰ ਤੁਸੀਂ ਉਦੋਂ ਇਹਦੀ ਜਿਹੜੀ ਕੀਮਤ ਹੈ ਜਦੋਂ ਗੱਬਣ ਕਰਾਤੀ ਤਾਂ ਇਹ 18-20 ਹਜ਼ਾਰ ਰੁਪਏ ਦੀ ਨੋਰਮਲੀ ਹੋ ਜਾਂਦੀ ਹੈ, ਗੱਬਣ ਬੱਕਰੀ ਜਦੋਂ ਗੱਬਣ ਹੋ ਗਈ ਇਹ ਨੋਰਮਲ 18-20 ਹਜ਼ਾਰ ਦੀ, ਕਿਉਂਕਿ ਜੇ ਤੁਸੀਂ ਕੁਆਲਿਟੀ ਚੰਗੀ ਸ਼ੁਰੂ ਕਰੋਗੇ ਤਾਂ ਉਹਦੀ ਜਿਹੜੀ 12-13 ਮਹੀਨਿਆਂ ਦੀ ਪੱਠ ਹੋ ਗਈ ਉਹ 20,000 ਰੁਪਏ ਦੀ ਬਾਈ ਦੀ 18-20 ਤੋਂ ਲੈ ਕੇ ਵਿੱਚ ਵਿੱਚ ਇੱਥੇ ਕਿਤੇ ਵੀ ਵਿਕ ਸਕਦੀ ਹੈ ਤੁਹਾਡੀ, ਠੀਕ ਹੈ। ਯਾਨੀ ਕਿ ਕਹਿਣ ਦਾ ਭਾਵ ਇਹਦੀ 3 ਗੁਣਾ ਕਮਾਈ ਹੋ ਗਈ, ਠੀਕ ਹੈ। ਹੁਣ 4 ਗੁਣਾ ਜਦੋਂ ਉਹੀ ਪੱਠ ਗੱਬਣ ਹੋ ਕੇ ਦਿਨਾਂ ਤੇ ਸੂਣ ਦੇ ਨੇੜੇ ਹੁੰਦੀ ਹੈ, ਜਮਾਂ ਸੂਣ ਦੇ ਨੇੜੇ ਹੁੰਦੇ ਆ, ਤਾਂ ਇਹ 24-25 ਹਜ਼ਾਰ ਰੁਪਏ ਦੀ ਤੁਹਾਡੀ ਆਰਾਮ ਨਾਲ ਜਿਹੜੀ ਚਲੀ ਗਈ। ਤਾਂ ਇਹਦਾ ਕਹਿਣ ਦਾ ਭਾਵ 1.5 ਸਾਲ ਦੇ ਵਿੱਚ ਐਵਰੇਜ ਇਹਨੂੰ ਜਦੋਂ ਸੂਣ 'ਤੇ ਆਪਾਂ ਲੈ ਗਏ ਤਾਂ ਉਦੋਂ ਇਹ ਤੁਹਾਡੀ 4 ਗੁਣਾ ਕਮਾਈ ਜਿਹੜੀ ਤੁਹਾਨੂੰ ਇਹ ਦੇ ਦੂਗੀ, 6×24,000 'ਤੇ ਚਲੀ ਗਈ, 24-25 ਹਜ਼ਾਰ, ਹਾਂ, 24-25 ਹਜ਼ਾਰ ਦੇ। ਦੇਖੋ ਕਈ ਵਾਰ ਕੀ ਹੁੰਦਾ ਜੀ, 11 ਪੱਠਾਂ ਦੇ ਵਿੱਚੋਂ 24-25 ਦੀ ਐਵਰੇਜ ਮੈਂ ਤਾਂ ਕਹੀ ਹੈ, ਕੋਈ 18-20 ਦੀ ਵੀ ਵਿਕ ਸਕਦੀ ਹੈ, ਕੋਈ ਉਹੋ ਜਿਹੀ 30 ਦੀ ਵੀ ਵਿਕਣ ਵਾਲੀ ਹੋਵੇ। ਦੇਖੋ ਬੱਚਾ 3 ਮਹੀਨਿਆਂ ਦਾ ਉਹਨੇ ਕੀ ਰੂਪ ਲੈ ਕੇ ਆਉਣਾ ਅੱਗੇ, ਉਹ ਆਉਣ ਵਾਲਾ ਟਾਈਮ ਦੱਸਦਾ ਕੀ ਤੁਹਾਡੀ ਸਮਾਈ ਰਹੀ, ਕੀ ਤੁਹਾਡੀ ਗਰੋਥ ਰਹੀ, ਕੀ ਤੁਹਾਡਾ ਉਹਦਾ ਸਾਂਭਣ ਸੰਭਾਲਣ ਦਾ ਤਰੀਕਾ ਰਿਹਾ, ਠੀਕ ਹੈ। ਪਰ ਜਦੋਂ ਤੁਸੀਂ ਉਹਨੂੰ ਅੱਛੀ ਕੁਆਲਿਟੀ 'ਤੇ ਲੈ ਕੇ ਲੋਡਡ ਪੋਜੀਸ਼ਨ 'ਤੇ ਉਹਨੂੰ ਸਵਾਉਣ ਦੇ ਨੇੜੇ ਲੈ ਕੇ ਵੇਚੋਗੇ ਤਾਂ ਮੈਂ ਗਰੰਟੀ ਕਹਿੰਦਾ ਜੀ 24-25 ਹਜ਼ਾਰ ਰੁਪਏ ਦੀ ਤੁਹਾਡੀ ਉਹ ਨੋਰਮਲ ਰੇਟ ਨੇ ਇਹ 24-25 ਹਜ਼ਾਰ ਬੱਕਰੀ ਦੇ ਅੱਜ ਦੇ ਟਾਈਮ ਦੇ, ਉੱਥੇ ਤੁਹਾਡੀ ਇਹ ਵਿਕੂਗੀ, ਠੀਕ ਹੈ ਜੀ। ਤਾਂ ਕਿਸਾਨ ਵੀਰ ਕੈਲਕੂਲੇਸ਼ਨ ਕਰ ਲੈਣ ਵੀ ਜਿਹੜੀ 6 ਤੋਂ 7 ਦੀ ਖਰੀਦੀ ਸੀ ਅਤੇ ਜਦੋਂ ਉਹ 1.5 ਸਾਲ ਬਾਅਦ 24 ਦੀ ਵੇਚਣੀ ਆ ਤਾਂ ਉਹਨਾਂ ਨੂੰ ਕੀ ਬਚਦਾ ਉਹ ਆਪਣੇ ਆਪ ਹੀ ਉਹਨਾਂ ਨੂੰ ਪਤਾ ਲੱਗਦਾ। ਪਰ ਮਾਰ ਕਿੱਥੇ ਖਾਂਦੇ ਆ, ਆਪਣੇ ਕਿਸਾਨੀ ਦੇ ਵਿੱਚ ਸਭ ਤੋਂ ਵੱਡਾ ਕੀ ਹੈ, ਸਬਰ ਦੀ ਘਾਟ ਹੈ। ਸਹੀ ਗੱਲ ਹੈ, ਅੱਜ ਬੱਕਰੀ ਲਿਆਂਦੀ ਤੜਕੇ ਨੂੰ ਉਹ ਪੈਸਾ ਦੇਵੇ ਇਹ ਨਹੀਂ ਹੁੰਦਾ, ਇਹ ਝੂਠ ਹੈ, ਠੀਕ ਹੈ। ਉਹ ਜਦੋਂ ਤੁਹਾਡੀ ਤੁਸੀਂ ਪਰਫੈਕਟ ਹੋ ਗਏ ਆਪਣੇ ਕਿੱਤੇ ਦੇ ਵਿੱਚ, ਫਿਰ ਤੁਸੀਂ ਬਰੀਡਿੰਗ 'ਤੇ ਕੰਮ ਕਰ ਰਹੇ, ਤੁਹਾਡਾ ਨਾਂ ਬਣਦਾ, ਤਾਂ ਫਿਰ ਤੁਸੀਂ ਉਸ ਕਿੱਤੇ ਨੂੰ ਆਪਣਾ ਸੇਲ ਪਰਚੇਜ਼ 'ਤੇ ਲੈ ਕੇ ਆ ਸਕਦੇ ਹੋ, ਠੀਕ ਹੈ। ਪਰ ਜੇ ਤੁਸੀਂ ਬਰੀਡਿੰਗ 'ਤੇ ਕੰਮ ਕਰਨਾ ਹੈ ਤਾਂ ਤੁਹਾਨੂੰ ਸਬਰ ਕਰਨਾ ਹੀ ਪਊਗਾ, ਵੇਟ ਕਰਨੀ ਪਊ, ਵੇਟ ਕਰਨਾ, 1-2 ਸਾਲ ਦੀ ਵੇਟ ਤਾਂ ਕਰਨੀ ਪਊ। ਦੇਖੋ ਜੀ 1.5 ਸਾਲ ਦਾ ਟਾਰਗੇਟ ਆ, ਜੇ ਤੁਸੀਂ ਉਹਨੂੰ ਦੂਜੇ ਸਟੈਪ 'ਤੇ ਵੇਚਣਾ ਚਾਹੁੰਦੇ ਹੋ, ਮੈਂ ਪਹਿਲਾਂ ਹੀ ਕਹਿ ਹਟਿਆ ਵੀ ਤੁਸੀਂ ਉਹਨੂੰ 14 ਦੀ ਵੇਚ ਸਕਦੇ ਹੋ, 21 ਦੀ ਵੀ ਵੇਚ ਸਕਦੇ ਹੋ, 25 ਦੀ ਵੀ ਵੇਚ ਸਕਦੇ ਹੋ, ਠੀਕ ਹੈ ਜੀ। ਠੀਕ ਹੈ ਜੀ, ਇਹ ਹੈ, ਇਹ ਸਾਡੇ ਐਕਸਪੀਰੀਅੰਸ ਨੇ। ਦੇਖੋ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਕੋਈ ਕਿਸਾਨ ਮੰਨ ਕੇ ਚੱਲੇ ਟਾਰਗੇਟ ਤਰੀਕੇ ਨਾਲ ਕੰਮ ਕਰੇ ਤਾਂ ਉਹ ਅੱਗੇ ਆਊਗਾ ਹੀ ਆਊਗਾ, ਠੀਕ ਹੈ। ਮਾੜੇ ਫਾਰਮ ਨੂੰ, ਫੇਲ ਹੋਏ ਫਾਰਮ ਨੂੰ ਨਾ ਟਾਰਗੇਟ ਕਰੋ, ਚੱਲਦੇ ਫਾਰਮ ਨੂੰ ਟਾਰਗੇਟ ਕਰੋ ਵੀ ਉਹ ਕਿਵੇਂ ਕਮਾਈ ਕਰ ਰਹੇ ਨੇ, ਸਹੀ ਗੱਲ, ਠੀਕ ਹੈ ਜੀ। ਲਓ ਬਾਈ ਜੀ, ਆਪਾਂ ਗੱਲਬਾਤ ਕਰੀਏ ਕਿ ਪੱਠਾਂ ਦੇ ਉੱਪਰ। ਹੁਣ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਇੱਕ ਚੀਜ਼ ਦੱਸ ਦਿਓ, ਮੋਟਾ ਮੋਟਾ ਜਿਹਾ, ਵੀ ਆਪਾਂ 10 ਪੱਠਾਂ ਤੋਂ ਕਿੰਨੀ ਕੁ ਕਮਾਈ ਸਾਲਾਨਾ ਕਰ ਸਕਦੇ ਹਾਂਗੇ। ਦੇਖੋ ਜੀ, ਗੱਲ ਇਹ ਹੈਗੀ ਵੀ ਕਮਾਈ ਦੀ ਗੱਲ ਇਹ ਹੁੰਦੀ ਹੈ ਬਾਈ ਜੀ, ਮੈਂ ਤਾਂ ਹਮੇਸ਼ਾ ਇਹ ਕਿਸਾਨ ਵੀਰਾਂ ਨੂੰ ਇਹ ਕੋਸ਼ਿਸ਼ ਕਰਦਾ ਵੀ ਜਿਹੜੀਆਂ 10 ਪੱਠਾਂ ਤੁਸੀਂ ਪਾਲੀਆਂ, ਇਹ ਛੋਟੇ ਬਜਟ ਵਾਲਿਆਂ ਦੀ ਗੱਲ ਕਰੀ ਹੈ, ਹਾਂਜੀ ਛੋਟੇ ਬਜਟ, ਠੀਕ ਹੈ ਨਾ, ਕਿਉਂਕਿ ਵੱਡੀਆਂ ਬੱਕਰੀਆਂ ਵੀ ਪਾਲ ਸਕਦੇ ਹੋ। ਇਸੇ ਲਈ ਜੋ ਛੋਟੇ ਬਜਟ ਵਾਲਿਆਂ ਨੇ, ਹੁਣ ਮੰਨ ਲਓ ਇੱਕ ਬਰੀਡਰ ਜਾ ਕੇ 10 ਪੱਠਾਂ ਤਿਆਰ ਕਰ ਲਈਆਂ, ਠੀਕ ਹੈ ਜੀ, ਤਾਂ ਤੁਸੀਂ ਉਹ ਮੰਨ ਕੇ ਚੱਲੋ ਵੀ ਵੇਚਣ ਦਾ ਟਾਰਗੇਟ, ਦੇਖੋ ਜੇ ਵੇਚਦੇ ਹੋ ਤੁਸੀਂ ਤਾਂ ਉਹਨਾਂ ਨੂੰ 1-1.5 ਲੱਖ ਰੁਪਇਆ ਨੋਰਮਲੀ ਕਮਾਈ ਹੋ ਗਈ, ਠੀਕ ਹੈ ਜੀ, ਠੀਕ ਹੈ, 1.5 ਲੱਖ ਰੁਪਇਆ ਐਵਰੇਜ ਕੱਢੀ ਹੈਗੀ, ਹੋ ਚੁੱਕੀ ਹੈਗੀ, ਹੋ ਜੂਗੀ, ਠੀਕ ਹੈ। ਜੇ ਉਹਨੂੰ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ 10 ਪੱਠਾਂ ਨੂੰ ਪਾਲ ਦਿਓ, ਪਰ ਮੈਂ ਅਪੀਲ ਕਰਦਾ ਵੀ ਉਹ ਜਿਹੜੀਆਂ 10 ਬੱਕਰੀਆਂ ਤੁਸੀਂ ਤਿਆਰ ਕਰ ਲਈਆਂ, ਪੱਠਾਂ ਤੋਂ ਬੱਕਰੀਆਂ ਬਣ ਗਈਆਂ, ਜਿਹੜੀਆਂ ਬੱਕਰੀਆਂ ਤੁਸੀਂ ਤਿਆਰ ਕਰ ਲਈਆਂ ਉਹਨੂੰ ਵੇਚਣ ਦੀ, ਉਹ ਤੁਹਾਡੀਆਂ ਬੱਕਰੀਆਂ ਨਹੀਂ, ਉਹ ਮਸ਼ੀਨਾਂ ਬਣ ਚੁੱਕੀਆਂ ਨੇ, ਠੀਕ ਹੈ ਜੀ, ਉਹ ਪ੍ਰੋਡਕਸ਼ਨ ਵਾਸਤੇ ਮਸ਼ੀਨਾਂ ਬਣ ਚੁੱਕੀਆਂ। ਦੇਖੋ ਉਹ ਸੂਪੀਆਂ, ਉਹਨਾਂ ਨੇ ਮੰਨ ਲਓ 10 ਨੇ 15 ਬੱਚੇ ਵੀ ਦੇਤੇ, 20 ਵੀ ਨਾ ਲਾਓ, ਠੀਕ ਹੈ, ਤਾਂ ਉਹ ਬੱਚੇ ਵੀ 15-18 ਬੱਚੇ ਆ ਜਿਹੜੇ, ਉਹ ਵੀ ਤੁਹਾਡਾ ਇੱਕ ਪ੍ਰੋਫਿਟ ਹੈ, ਤੁਸੀਂ ਉਹ ਬੱਚੇ ਵੇਚ ਸਕਦੇ ਹੋ, ਠੀਕ ਹੈ। ਬੱਕਰੀਆਂ ਤੁਹਾਡੇ ਕੋਲ ਉਸੇ ਤਰ੍ਹਾਂ ਫਿਰ 19 ਦੀ ਪ੍ਰੋਪਰਟੀ ਰਹਿ ਗਈ, ਫਿਰ ਦੁਬਾਰਾ 19 ਪ੍ਰੋਪਰਟੀ ਤੁਹਾਡੇ ਕੋਲ ਫਿਰ ਰਹਿ ਗਈ, ਤਾਂ ਤੁਸੀਂ ਉਦੋਂ ਬਾਅਦ ਜਿਹੜੀ ਪਹਿਲੀ ਕਮਾਈ ਹੈ ਜਿਹੜੀ 1.5 ਸਾਲ ਬਾਅਦ ਹੋਊ ਤੁਹਾਨੂੰ, ਠੀਕ ਹੈ ਜੀ, ਉਦੋਂ ਬਾਅਦ ਤੁਹਾਨੂੰ ਛਮਾਹੀ
सालाना इदा तो जी कमाई है डेढ़ साल के दो बार होने लग जानी है। ठीक है जी, ठीक है जी। पर असं यही चाहते हैं भी प्रोडक्शन लाओ, जिवें तुसीं जिन्हें ब्रीड से काम करना वो चंगी पठ्ठां नूं तैयार करके उन्हों तो बच्चे लै लैके अगे दी अगे माल है जिहड़ा तुसीं वधाओ अगे दी अगे बच्चे लैके बेच सको। यानी कि आपां उह पठ्ठां नूं बिना ना बेचिए बच्चे दे उपर काम करिए बच्चे बेचिए ना। हाँ, एक बारी आपकी प्रॉपर्टी बन गई तुहाडी, उह तुहाडी प्रॉपर्टी बन गई। देखो पाल के डेढ़ साल की तैयार करके फिर तुहाडा आपदे आप ही मन बदल जू भी आपां इह नहीं बेचणियां। सही गल है, आपां इहनां दे बच्चे बेचो क्योंकि बकरियां तां तुसीं तैयार कर लईआं। सही गल है, ठीक है ना। इसलिए किसान वीर पहली साल पहले एक सैट तो औखे हो गए, उस तो बाद चलते प्रोसीजर के उदू बाद उन्होंने सारा पता लग जाना भी की सिस्टम हैगा, उस तो बाद पठ्ठा कन्वर्ट करके भी पाल सकते हैं। ठीक है, पहली बार यानी कि फिर चाहे 50 पाल लो, यानी कि भी पहली बार 50 ते ना टारगेट रखो, पहली बार 10 तो 20 दे विच शुरू करो ताकि तुसी आसानी नाल। हाँ, एक गल होर है जिहड़ी ये प्रॉफिट दस्या तुहानू, ये फार्म दस्या ये पार्ट टाइम कर सकते हो तुसी। ठीक है, ये नाल तुसी आपदी खेती भी कर सकते हो, जॉब भी कर सकते हो, कोई दुकान भी कर सकते हो। सही गल है, ये 1.5-2 लाख है जिहड़ा ये तुहाडा एक साइड बिजनेस हो गया जिहनूं तुसी तरीके नाल कमा सकते हो, अच्छा अपनी जिहड़ी आर्थिक हालत है उहनूं सुधार सकते हो, अच्छा अपने किसानी लई कम कर सकते हो। ठीक है भाई जी, धन्यवाद कर देंगे तुसी सानूं इन्नी जिहड़ी कीमती जानकारी जिहड़ी दित्ती है जी, धन्यवाद भाई। धन्यवाद जी, बहुत बहुत इलती लाणा धूरी चैनल का ते किसान वीरां दा धन्नवाद। लो जी भाई जी, ये सी अज दी अपनी वीडियो 10 बीटल पठ्ठां दे उपर भी तुसीं किन्नी कमाई जिहड़ी कर सकदे हो। जगदीप भाई ने आपां नूं बहुत ही सरल तरीके दे नाल जिहड़ी आपां नूं दस्सिया हैगा, धन्नवाद करदे आपां वीर दा। ते हुण आपणे जिहड़े अगले पार्ट आउणगे ओह अपणी बीटल बकरियां जां होर बकरियां दी सांभ संभाल दे उपर आउणगे, किहड़े किहड़े बीमारियां दे हुंदियां ने, किवें रखणियां ने, सारा कुछ तुहानूं आपां पार्ट दर पार्ट जिहड़े आपां दसदे रहांगे। तो जुड़े रहो साढ़े चैनल दे नाल, तुहानूं इस चैनल दे उपर वधिया तो वधिया ते चंगी जानकारी बीटल बकरियां दे संबंध दे विच आपां दिंदे रहांगे। ठीक है भाई जी, मिलदे हांगे हुण आपां अगले पार्ट दे नाल। ते कमेंट कर दिओ भी तुहानूं अगला पार्ट जिहड़ा किहड़ा चाहीदा गा। ठीक है जी, जिहड़ा भी कमेंट आपां नूं वधिया लगेगा आपां उहदे उपर वीडियो तुहाडे लई स्पैशल तुहाडे लई वीडियो जरूर बनावांगे। तुहानूं किसी भी तरह का कोई भी आपां यानी कि शिकायत का मौका नहीं देवांगे। ठीक है जी, धन्यवाद कर देंगे तुसी जी जुड़े रहे। तो चैनल सबसक्राइब करना ना भुल्यो, तो वीडियो में शेयर जरूर कर दो ताकि किसी वीर का फायदा हो सके। धन्यवाद।